ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰੋ। ਮੇਰਾ ਜੌਨੀ ਸਿੰਗਲਾ, ਕੰਪਿਊਟਰ ਅਧਿਆਪਕ। ਕਿੰਨੇ ਟਾਈਮ ਤੋਂ ਤੁਹਾਡਾ ਇੱਥੇ ਪ੍ਰੋਟੈਸਟ ਚੱਲ ਰਿਹਾ, ਕਿਸ ਤਰੀਕੇ ਨਾਲ ਚੱਲ ਰਿਹਾ, ਧੂਰੀ ਵਿਖੇ ਕੀ ਹੋਇਆ? ਇਹ ਚੌਥੇ ਦਿਨ ਦੀ ਭੁੱਖ ਹੜਤਾਲ ਲੜੀਵਾਰ ਜਾ ਰਹੀ ਹੈ ਜੀ। ਧੂਰੀ ਵਿਖੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼, ਮੁੱਖ ਮੰਤਰੀ ਧੱਕੇਸ਼ਾਹੀ ਖਿਲਾਫ਼। ਇਹਨਾਂ ਦੁਆਰਾ ਲਗਾਤਾਰ 35-40 ਮੀਟਿੰਗਾਂ ਦੇਣ ਤੋਂ ਬਾਅਦ ਵੀ ਭੱਜ ਆਇਆ ਜਾਂਦਾ, ਕਦੇ ਮੁਲਤਵੀ ਕਰ ਦਿੱਤੀ ਜਾਂਦੀ ਹੈ, ਕਦੇ ਬੇਸਿੱਟਾਂ ਰਹਿੰਦੀਆਂ ਹੈਗੀਆਂ, ਤਾਂ ਇਸੇ ਦੇ ਰੋਸ ਵਜੋਂ ਅਸੀਂ ਕੱਲ੍ਹ ਧੂਰੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਇੱਥੇ ਚੌਥੇ ਦਿਨ ਦੀ ਭੁੱਖ ਹੜਤਾਲ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਕੱਲ੍ਹ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ ਹੈ। ਜੁਆਇਨਿੰਗ ਤੁਹਾਡੀ ਕਦੋਂ ਹੋਈ ਸੀ ਅਤੇ ਕੀ ਬੇਸਿਕ ਪੇ ਮਿਲ ਰਹੀ ਹੈ ਤੁਹਾਨੂੰ? ਕੰਪਿਊਟਰ ਅਧਿਆਪਕ 2005 ਤੋਂ ਕੰਟਰੈਕਚੁਅਲ ਸਰਵਿਸ 'ਚ ਜੁਆਇਨ ਕੀਤੀ ਸੀ ਅਤੇ 2011 ਜਿਹਨੂੰ ਰੈਗੂਲਰ ਕਰ ਦਿੱਤਾ ਗਿਆ ਸੀਗਾ। 2011 ਦਾ ਰੈਗੂਲਰ ਨੋਟੀਫਿਕੇਸ਼ਨ ਜਿਹੜਾ ਗਵਰਨਰ ਦੁਆਰਾ ਹਸਤਾਖਰਤ ਮੁੱਖ ਤੌਰ 'ਤੇ ਉਹ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ। ਉਹਦੇ ਵਿੱਚ ਇੱਕ ਗੱਲ ਸੀ ਕਿ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤੇ ਜਾਣਗੇ, ਉਹ ਹਜੇ ਤੱਕ ਇੰਪਲੀਮੈਂਟ ਨਹੀਂ ਕੀਤੇ ਗਏ। ਕਿਸ ਤਰੀਕੇ ਨਾਲ ਤੁਸੀਂ ਫਿਊਚਰ ਕਿਵੇਂ ਦੇਖਦੇ ਹੋ ਆਪਣਾ, ਕਿਉਂਕਿ ਜਿਹੜੀ ਤੁਸੀਂ ਮੰਗ ਲਈ ਹੋਈ ਹੈ ਉਹਦੇ ਵਿੱਚ ਸਾਰੀਆਂ ਤੁਹਾਨੂੰ ਕੋਈ ਵੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਨਹੀਂ ਮਿਲਦੀਆਂ? ਫਿਊਚਰ ਅਸੀਂ ਆਹ ਦੇਖ ਰਹੇ ਹਾਂ ਜੀ, ਅਸੀਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿਖੇ ਆਪਾਂ ਮੋਰਚਾ ਲੱਗਿਆ ਹੋਇਆ, ਭੁੱਖ ਹੜਤਾਲ 'ਤੇ ਬੈਠੇ ਹਾਂ। ਜਦੋਂ ਤੱਕ ਇਹ ਮੋਰਚਾ ਮੰਗਾਂ ਨਹੀਂ ਮੰਨਿਆ ਜਾਂਦੀਆਂ, ਇਹ ਮੋਰਚਾ ਚੱਲੂਗਾ। ਇੱਕ ਦਿਨ ਲੱਗ ਜੇ, 100 ਦਿਨ ਲੱਗ ਜੇ, 1000 ਦਿਨ ਲੱਗ ਗਏ, ਔਰ ਅਸੀਂ ਸਿੱਖਿਆ ਵਿਭਾਗ ਦੇ ਆਰਡਰ 'ਤੇ 6ਵਾਂ ਪੇ ਪਟੀਸ਼ਨ ਲੈ ਕੇ ਵਾਪਸ ਜਾਵਾਂਗੇ, ਨਹੀਂ ਤਾਂ ਸਾਡਾ ਪੱਕਾ ਕਰ ਆਹੀ ਹੈ। ਕੱਲ੍ਹ ਨੂੰ ਟੀਚਰ ਡੇ ਆ, ਤੁਹਾਡੇ ਵੱਲੋਂ ਕੀ ਐਕਸ਼ਨ ਹੋਣਾ ਕਰਨਾ? ਸਾਨੂੰ ਭਗਵੰਤ ਮਾਨ ਅਤੇ ਮੁੱਖ ਮੰਤਰੀ ਸਾਹਿਬ ਅਤੇ ਸਿੱਖਿਆ ਵਿਭਾਗ ਹਜੇ ਤੱਕ ਟੀਚਰ ਮੰਨਦੇ ਹੀ ਨਹੀਂ ਗਏ। ਜੇ ਟੀਚਰ ਮੰਨਦੇ ਹੁੰਦੇ ਸਾਨੂੰ ਇੱਥੇ ਬੈਠਣਾ ਨਾ ਪੈਂਦਾ। ਇਸ ਕਰਕੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ, ਪੰਜਾਬ ਸਰਕਾਰ ਦੀ ਅਰਥੀ ਸਾੜਾਂਗੇ, ਉਹਨਾਂ ਨੂੰ ਦੱਸਾਂਗੇ ਕਿ ਤੂੰ ਟੀਚਰ ਡੇ ਵਾਲੇ ਦਿਨ ਟੀਚਰਾਂ ਦੇ ਨਾਲ ਇੰਸਲਟ ਕਰ ਰਿਹਾ, ਨਾ ਇਨਸਾਫੀ ਕਰ ਰਿਹਾ, ਅਤੇ ਇਨਸਾਫ ਦੀ ਮੰਗ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਜੀ। ਭਾਈ ਜੀ, ਕੀ ਨਾਮ ਆ ਅਤੇ ਕਿੱਥੇ ਖੜ੍ਹੇ ਹਾਂ? ਮੈਂ ਪਰਮਵੀਰ ਸਿੰਘ ਜੀ, ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਸੂਬਾ ਕਨਵੀਨਰ। ਇਹ ਜੀ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਖੜ੍ਹੇ ਹਾਂ ਅਸੀਂ, DC ਆਫਿਸ ਦੇ ਲਵੇ। ਇਹ ਸਾਡਾ ਪੱਕਾ ਮੋਰਚਾ ਸ਼ੁਰੂ ਕਰ ਚੁੱਕੇ ਹਾਂ ਅਸੀਂ 1 ਤਰੀਕ ਤੋਂ। ਪਹਿਲਾਂ ਧੂਰੀ ਵਿਖੇ ਮੁੱਖ ਮੰਤਰੀ ਦੇ ਨੂੰ ਮਿਲਣ ਲਈ ਅਸੀਂ ਪਹੁੰਚੇ, ਉੱਥੋਂ ਮੁੱਖ ਮੰਤਰੀ ਸਾਹਿਬ ਫਰਾਰ ਸਨ, ਅਤੇ ਉਸ ਤੋਂ ਬਾਅਦ ਅਸੀਂ ਨੇ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇੱਥੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਅਤੇ ਜਦੋਂ ਤੱਕ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਮਰਜ ਕਰਕੇ ਪੂਰੇ ਸਕਿੱਲਾਂ ਦੇ ਨਾਲ ਨਹੀਂ ਕੀਤਾ ਜਾਊਗਾ, ਉਦੋਂ ਤੱਕ ਇਹ ਮੋਰਚਾ ਜਾਰੀ ਰਹੂਗਾ। ਕੱਲ੍ਹ ਦਾ ਕੀ ਪ੍ਰੋਗਰਾਮ ਹੋਊਗਾ? ਕੱਲ੍ਹ ਨੂੰ ਜੀ ਅਧਿਆਪਕ ਦਿਵਸ ਮਨਾਵਾਂਗੇ, ਮੁੱਖ ਮੰਤਰੀ ਨੂੰ ਵੀ ਲੱਭਣਾ ਹੈ ਅਤੇ ਉਹਨੂੰ ਮਿਲਣ ਲਈ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾਵਾਂਗੇ। ਜਿੱਥੇ ਵੀ ਰੋਕਾਂ ਹੋਣਗੀਆਂ ਉਹਨਾਂ ਨੂੰ ਹਟਾਉਂਦੇ ਜਾਵਾਂਗੇ ਜੀ।